तुसी देख रहे हो जी डीपी न्यूज, मैं मोराज पट्टी। इस वेले तुहानू ओह आपां सीन विखाण जा रहे हां डेरा बाबा नानक दा। जदों कोरीडोर दी शुरुआत होई सी उस वेले जिहड़ा मिनी थिएटर जिहनूं आपां कहिंदे आ तरसयोग हालत दे विच इस वेले मौजूद है जी। मैं अपने पहले कैमरामैन नूं कहांगा पिया तुसी पहला देख रहे हो जी नकली घा जिहड़ा सीगा पौड़ियां दे नाल लगदी बड़ा ही वधिया तरीके दे नाल जिहड़ा इहनूं सजावट जिहड़ी की गई सी। होर तुहानूं दिखाउंदे आ भी नाल नाल आ सोचने आ तुसी देख रहे हो खूबसूरत लाइटां इहदे विच मौजूद सन। हाँ तुसी देख रहे हो पौड़ी दे उत्ते भी जिहड़े भी इस वेले अपनी तरसयोग हालत बयान कर रहा मिनी थिएटर जिथे कि शाम 6 बजे तो लैके रात दे 8 बजे तक गुरबाणी का कीर्तन जरा सीधा जरा सीगा वो अमृतसर तो प्रसारण होंदा सीगा। डेरा बाबा नानक दे जिहड़े वासी सीगे लोग सी ਉਹ ਇੱਥੇ ਆ ਕੇ ਮਿੰਨੀ ਥੀਏਟਰ ਦੇ ਵਿੱਚ ਆਪਣਾ ਸ਼ਬਦ ਜਿਹੜਾ ਉੱਥੇ ਬਹਿ ਕੇ ਅਤੇ ਗੁਰਬਾਣੀ ਦਾ ਅੰਮ੍ਰਿਤਸਰ ਤੋਂ ਸਿੱਧਾ ਲਾਈਵ ਦੇਖਦੇ ਸੀਗੇ। ਆਹ ਦੂਸਰੇ ਨੇ ਤੁਹਾਨੂੰ ਦੇਖ ਰਹੇ ਹਾਂ ਸਕਰੀਨ ਦੀ ਸਾਹਮਣੇ ਜਿਹੜੀ ਹੈ ਪੂਰੀ ਤਰ੍ਹਾਂ ਸਕਰੀਨ ਇਸ ਵੇਲੇ ਬੰਦ ਪਈ ਦੀ ਹੈ ਜੀ। ਸ਼ਾਮਾਂ ਦਾ ਟਾਈਮ ਜੋ ਅੰਮ੍ਰਿਤਸਰ ਗੁਰਬਾਣੀ ਦਾ ਜਿਹੜਾ ਚੱਲਦਾ ਸੀ ਪ੍ਰਵਾਹ ਉਹ ਇਸ ਵੇਲੇ ਪੂਰੀ ਤਰ੍ਹਾਂ ਬੰਦ ਹੋ ਚੁੱਕਾ। ਆਹ ਤੁਸੀਂ ਦੇਖ ਰਹੇ ਹੋ मेरे पिछले पास देखो जी हाँ जी स्क्रीन है वो भी उखड़ चुकी हैगी कह मतलब भी तू जानकारी दे दिए इस मिनी थिएटर से 20 लाख रुपये तो लैके 25 लाख रुपये के जरा इनू तैयार किया गया सीगा। आज अपनी जी हालत आप खुद बयान कर रहा वा ना तो इतने कोई मुलाजम इस वेले कोई मौजूद आ जरा यी रख रखा कोई कर सद महीने तो वह हो गया ये महीने जो दिन बंद हुए साढ़े नाल इस वेले मौजूद ने डेरा बाबा नानक दे जेड़े इतने प्रॉपर रेंदे ने लोग उन्होंने गलबात करते भी वो जरा मिनी थिएटर जो बनाई उस बारे की कहना चाहे जी। मैं ਪੁਰਸ਼ੋਤਮ ਲਾਲ ਰਿਟਾਇਰਡ ਗੁਰਦੌਰ ਬਲਾਕ ਪ੍ਰਧਾਨ ਮਾਝਾ ਸੰਘਰਸ਼ ਕਮੇਟੀ ਡੇਰਾ ਬਾਬਾ ਨਾਨਕ ਇਹ ਜਿਹੜਾ ਓਪਨ ਏਅਰ ਥੀਏਟਰ ਸਰਕਾਰ ਨੇ ਕੋਰੀਡੋਰ ਦੀ ਐਂਟਰੈਂਸ 'ਤੇ ਬਣਾਇਆ ਬਹੁਤ ਵਧੀਆ ਦਿੱਖ ਬਣਾਈ ਹੈ ਇਹਨੂੰ ਬਹੁਤ ਸੋਹਣਾ ਇੱਕ ਇਹਦੇ ਵਿੱਚ LCD ਲਾਈ ਜਿਹਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਆਉਂਦਾ ਖਬਰਾਂ ਵੀ ਆਉਂਦੀਆਂ ਜਿੱਥੋਂ ਛਾਵਾਂ ਪੈਂਦੀਆਂ ਇਹ LCD ਸ਼ੁਰੂ ਹੋ ਜਾਂਦੀ ਸੀ ਜਿੰਨਾ ਚਿਰ ਇੱਥੇ ਬੱਚੇ ਇਸ ਓਪਨ ਏਅਰ ਥੀਏਟਰ ਵਿੱਚ ਖੇਡਦੇ ਬਜ਼ੁਰਗ ਜਿਹੜੇ ਨੇ ਉਹ ਆਨੰਦ ਲੈਂਦੇ ਗੁਰਬਾਣੀ ਦਾ ਇੱਥੇ ਬੈਠਦੇ ਜਿੰਨਾ ਚਿਰ ਕੋਈ 10-11 ਵਜੇ ਤੱਕ ਬੈਠਦਾ ਇਹ LCD ਵੀ ਚੱਲਦੀ ਉੱਧਰੋਂ ਅਸੀਂ ਜਦੋਂ ਸਵੇਰੇ ਸੈਰ ਕਰਨ ਜਾਂਦੇ 5 ਵਜੇ ਉਦੋਂ ਵੀ ਸ਼ੁਰੂ ਹੋਈ ਹੁੰਦੀ ਸੀ ਇਹਦਾ ਮਤਲਬ ਕੋਈ 4 ਵਜੇ ਇਹ LCD 'ਤੇ ਗੁਰਬਾਣੀ ਜਿਹੜੀ ਹੈ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਉਣੀ ਸ਼ੁਰੂ ਹੋ ਜਾਂਦੀ ਸੀ ਸਮਾਚਾਰ ਵੀ ਆਉਂਦੇ ਸੀ ਵੱਖ ਵੱਖ ਗਿਆਨ ਦੇ ਬਾਰੇ ਜਿਹੜੇ ਪ੍ਰੋਗਰਾਮ ਨੇ ਉਹ ਵੀ ਇੱਥੋਂ ਆਉਂਦੇ ਸੀ ਜੋ ਆ ਵੇਖੋ ਤੁਸੀਂ ਭੱਟੀ ਸਾਹਿਬ ਇੱਧਰ ਥੀਏਟਰ ਬਹੁਤ ਵਧੀਆ ਤਿਆਰ ਕੀਤਾ ਗਿਆ ਇਹਦੇ ਉੱਤੇ ਜਿਹੜਾ ਸਿੰਥੈਟਿਕ ਘਾਹ ਲਾਇਆ ਗਿਆ ਲੋਕਾਂ ਦੇ ਬਹਿਣ ਵਾਸਤੇ ਪਰ ਕੁਝ ਚਿਰ ਤੋਂ ਵੇਖਣ ਵਿੱਚ ਆਇਆ ਵਾ ਵੀ ਇੱਥੇ ਕੋਈ ਗਾਰਡ ਨਹੀਂ ਗਾ ਕੋਈ ਚੌਂਕੀਦਾਰ ਨਹੀਂ ਇਹਨੂੰ ਚਲਾਉਣ ਵਾਸਤੇ ਕੋਈ ਆਪਰੇਟਰ ਵੀ ਨਹੀਂ ਸਾਨੂੰ ਇਹ ਨਹੀਂ ਸਮਝ ਲੱਗਦਾ ਵੀ ਇਹ ਕਿਹਦੀ ਕਸਟਡੀ 'ਚ ਆ ਜੇ ਨਗਰ ਕੌਂਸਲ ਦੀ ਕਸਟਡੀ 'ਚ ਆ ਤੇ ਨਗਰ ਕੌਂਸਲ ਇਹਦੇ ਬਾਰੇ ਕਿਉਂਕਿ ਨਾਲ ਹੀ ਤਾਂ ਨਗਰ ਕੌਂਸਲ ਦਾ ਦਫ਼ਤਰ ਆ ਇੱਥੋਂ ਦੀ ਅਫਸਰ ਆਉਂਦੇ ਨੇ ਜਾਂਦੇ ਨੇ ਪਤਾ ਨਹੀਂ ਬਈ ਕੀ ਗੱਲ ਆ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਜਿਹੜੇ ਮਹੱਲਾ ਵਾਸੀ ਹਾਂ ਡੇਰਾ ਬਾਬਾ ਨਾਨਕ ਦੇ ਵਾਸੀ ਕਿਉਂਕਿ ਸਾਡੀ ਖਾਸ ਕਰਕੇ ਜਿਹੜੇ ਅਸੀਂ ਇਹ ਬੈਕਵਰਡ ਏਰੀਏ ਦੇ ਰਹਿਣ ਵਾਲੇ ਲੋਕ ਹਾਂ
इन्हां दे बच्चियां लई जिहड़ा ओपन एयर थिएटर आ इहदी सांभ संभाल की जाए, इहदी सफाई की जाए, LCD शुरू की जाए, दोनों समय चले, इत्थे ऑपरेटर होवे, इत्थे चौकीदार होवे। जदों ये थिएटर चालू होया सी किन्नी के मन दे विच तुहानूं खुशी महसूस होई ते हुण? ਪੱਟੀ ਸਾਹਿਬ, ਉਦੋਂ ਸਿਆਲ ਦਾ ਮੌਸਮ ਸੀ ਜਦੋਂ ਇਹ ਸ਼ੁਰੂ ਹੋਇਆ। ਤੁਸੀਂ ਯਕੀਨ ਕਰੋ ਵੀ ਆਹ ਜਿੰਨੀਆਂ ਥੜੀਆਂ ਇਹ ਭਰ ਕੇ ਇੱਥੇ ਭਾਵੇਂ ਅਸੀਂ ਕੰਬਲ ਲੈ ਕੇ ਨਹੀਂ ਬਹਿੰਦੇ, ਆਨੰਦ ਇੰਨਾ ਹੁੰਦਾ ਸੀ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਬਾਹਰ ਉਹ ਠੰਡ ਆ। ਬੱਚਿਆਂ ਨੇ ਘਰੋਂ ਸਾਨੂੰ ਬਜ਼ੁਰਗਾਂ ਨੂੰ ਖਿੱਚ ਖਿੱਚ ਲਿਆਉਣਾ ਵੀ ਚਲੋ ਜੀ ਮੈਨੂੰ ਉੱਥੇ ਥੀਏਟਰ 'ਚ ਖੜੋ। ਖੇਡਦੇ ਮਲਦੇ ਸੀ ਬੱਚੇ, ਬੜਾ ਸੋਹਣਾ ਲੱਗਦਾ। ਹੁਣ ਕੀ ਮਹਿਸੂਸ ਕਰ ਰਹੇ ਤੁਸੀਂ? ਹੁਣ ਤੁਹਾਡੇ ਸਾਹਮਣੇ ਉੱਲੂ ਬੋਲਣ ਦੇ ਨੇ, ਤੁਸੀਂ ਵੇਖ ਲਓ। ਹੁਣ ਸ਼ਾਮ ਦਾ ਸਮਾਂ ਹੋਇਆ, ਇਸ ਸਮੇਂ ਤੇ ਸਾਰੇ ਇੱਥੇ ਹੁੰਦੇ ਸੀ, ਬੱਚੇ ਬੁੱਢੇ ਸਾਰੇ ਵੇਖਣ ਹੁੰਦੇ ਸੀ। ਆਏ ਅਸੀਂ ਆ ਤਿੰਨ ਚਾਰ ਬੁੱਢੇ, ਉਹ ਵੀ ਬਾਹਰ ਭਰਾ ਬਹਿ ਕੇ ਤੇ ਇੱਥੋਂ ਅਸੀਂ ਚਲੇ ਜਾਣਾ। ਇਹੋ ਹੀ ਜੇ ਚੱਲਦਾ ਹੋਵੇ, ਇਹਦੀ ਸਾਂਭ ਸੰਭਾਲ ਹੋਵੇ, ਸਫਾਈ ਹੋਵੇ, ਗਾਰਡ ਹੋਵੇ, ਇਹ ਸਮੇਂ ਨਾਲ ਬੰਦ ਹੋਵੇ, ਸਮੇਂ ਨਾਲ ਖੁੱਲ੍ਹੇ, ਅਤੇ ਆਨੰਦ ਆਵੇ। ਇੱਥੇ ਵੇਖੋ ਗੰਦ ਕਿੱਦਾਂ ਪਿਆ। ਇਤਿਹਾਸਕ ਨਗਰੀ ਹੋਣ ਦੇ ਬਾਵਜੂਦ ਡੇਰਾ ਬਾਬਾ ਨਾਨਕ ਦੀ ਨਗਰੀ, ਇਤਿਹਾਸਕ ਗੁਰੂ ਨਾਨਕ ਦੇਵ ਜੀ ਦਾ ਸ਼ੋਰ ਪ੍ਰਾਪਤ। ਇਸ ਵੇਲੇ ਜਿਹੜੀ ਸਰਕਾਰ ਹੈਗੀ ਆ ਆਮ ਪਾਰਟੀ ਦੀ, ਤੁਸੀਂ ਉਹਨਾਂ ਨੂੰ ਮੁੱਖ ਮੰਤਰੀ ਜੀ ਨੂੰ ਭਗਵੰਤ ਮਾਨ ਜੀ ਨੂੰ ਕੀ ਕਹਿਣਾ ਚਾਹੋਗੇ? ਬੜੀ ਖੁਸ਼ੀ ਆ ਕਿ ਪੰਜਾਬ ਵਿੱਚ ਬਦਲਾਅ ਆਇਆ ਵਾ, ਬਹੁਤ ਵਧੀਆ ਸਰਕਾਰ ਬਣੀ ਹੈ। ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਸਾਡੇ ਹੈੱਡ ਨੇ, ਇਸ ਵੇਲੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਤੋਂ ਸਾਨੂੰ ਬਹੁਤ ਉਮੀਦਾਂ ਨੇ। ਅਸੀਂ ਉਹਨਾਂ ਨੂੰ ਤੁਹਾਡੇ ਰਾਹੀਂ ਇਹ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਜਿਹੜਾ ਵੀ ਕੋਈ ਵੀ ਸਰਕਾਰ ਆ, ਪੈਸਾ ਸਰਕਾਰ ਦਾ ਹੈ, ਲੋਕਾਂ ਦਾ, ਇਹ ਜਿਹੜਾ ਲੱਗਾ ਇਹਨੂੰ ਅਜਾਇਆ ਨਾ ਜਾਣ ਦਿਓ। ਇਹਨੂੰ ਮੇਨਟੇਨੈਂਸ ਵਾਸਤੇ ਇਹਦਾ ਪ੍ਰਬੰਧ ਕਰੋ, ਇਹਨੂੰ LCD ਨੂੰ ਚਾਲੂ ਕਰੋ, ਇਹ ਲਾਈਟਾਂ ਇੱਥੇ ਪੂਰੀਆਂ ਜਿਹੜੀਆਂ ਨੇ ਇਹ ਚਾਲੂ ਕਰੋ। ਵਧੀਆ ਲੱਗਦਾ ਇਹ ਰਾਤ ਨੂੰ, ਅਤੇ ਭੱਟੀ ਸਾਹਿਬ ਇਹਦਾ ਉਂਝ ਹੀ ਨਜ਼ਾਰਾ ਵੇਖਣ ਵਾਲਾ ਹੁੰਦਾ, ਲੋਕ ਨਜ਼ਾਰਾ ਹੀ ਬੜਾ ਲੈਂਦੇ ਨੇ ਇਹਦਾ। ਇਸ ਕਰਕੇ ਮਾਨ ਸਾਹਿਬ ਇਹਨੂੰ ਦੁਬਾਰਾ ਚਾਲੂ ਕਰੋ ਹਮੇਸ਼ਾ ਵਾਸਤੇ। ਜੋ ਸਾਡੀ ਸੇਵਾ ਲਾਓਗੇ ਉਹ ਵੀ ਅਸੀਂ ਤਿਆਰ ਹਾਂ ਸੇਵਾ ਕਰਨ ਵਾਸਤੇ। ਮੈਂ ਬਲਵਿੰਦਰ ਕੌਰ, ਡੇਰਾ ਬਾਬਾ ਨਾਨਕ ਤੋਂ ਵਸਨੀਕ ਬੋਲ ਰਹੀ ਹਾਂ। ਸਾਨੂੰ ਖੁਸ਼ੀ ਸੀ ਵੀ ਸਾਡੀ LCD ਲੱਗੀ ਆ, ਸਾਡੇ ਰੌਣਕ ਮਹੱਲੇ ਦੇ ਵਿੱਚ ਆਈ ਆ, ਕਿਉਂਕਿ ਸਾਡੇ ਵਾਸਤੇ ਤਾਂ ਦਿਨ ਚੜ੍ਹ ਜਾਂਦਾ ਸੀ ਇੱਥੇ ਜਦੋਂ ਗੁਰਬਾਣੀ ਲੱਗਦੀ। ਇਸ ਵਕਤ ਇੱਥੇ ਕੋਈ ਵਾਲੀ ਵਾਸ ਨਹੀਂ ਆ, ਗੰਦ ਪਿਆ ਹੋਇਆ ਆ, ਨਾ ਕੋਈ LCD ਚਲਾਉਂਦਾ। ਇਹ ਸਾਨੂੰ ਚਾਹੀਦੀ ਹੈ ਚਲਾਉਣੀ, ਕਿਉਂਕਿ ਸਾਡੇ ਸ਼ਹਿਰ ਦੇ ਲੋਕ ਸੈਰ ਕਰਨ ਆਉਂਦੇ ਆ, ਉਹ ਆਣ ਕੇ ਬਹਿੰਦੇ ਆ, ਦੇਖਦੇ ਆ, ਰੌਣਕ ਮੇਲਾ ਸਾਡੇ ਬਾਰਡਰ ਨੂੰ ਸੜਕ ਜਾ ਰਹੀ ਹੈ, ਕੋਰੀਡੋਰ ਨੂੰ, ਕਿਉਂਕਿ ਰੌਣਕ ਬਹੁਤ ਆ ਇੱਥੇ। ਇਹ LCD ਕਰਕੇ ਸਾਡੇ ਰੌਣਕ ਬਹੁਤ ਘੱਟ ਹੋ ਗਈ ਆ, ਕਿਰਪਾ ਕਰਕੇ LCD ਚਲਾਈ ਜਾਵੇ। ਮੁੱਖ ਮੰਤਰੀ ਸਾਹਿਬ ਨੂੰ ਹੀ ਅਸੀਂ ਬੇਨਤੀ ਕਰਾਂਗੇ ਵੀ ਸਾਡੇ ਸ਼ਹਿਰ ਦੇ ਵਿੱਚ ਗੇੜਾ ਮਾਰੇ, ਡੇਰਾ ਬਾਬਾ ਨਾਨਕ ਵਿੱਚ ਮਾਰ ਕੇ ਗੇੜਾ, ਸਾਡੇ ਇਲਾਕੇ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਖੋਲ੍ਹੇ ਜਿਹੜੇ ਦੁਨੀਆ ਮੁੰਡੇ ਨਸ਼ੇ ਪੱਤੇ ਖਾਂਦੇ ਆ, ਇਹ ਆਪਣੇ ਕੰਮ ਧੰਦੇ ਕਰਨ। ਕਿਉਂ ਨਸ਼ੇ ਖਾਣੇ ਜੇ ਕੋਈ ਇਹਨਾਂ ਨੂੰ ਕੰਮ ਧੰਦਾ ਮਿਲੇ ਤਾਂ? ਫਾਲਤੂ ਮੁੰਡੇ ਵਿਚਾਰੇ ਤੁਰੇ ਫਿਰਦੇ ਨੇ। ਇਹ ਸਾਡੇ ਹੱਥ ਜੋੜ ਕੇ ਬੇਨਤੀ ਹੈ ਮੁੱਖ ਮੰਤਰੀ ਸਾਹਿਬ, ਇਹ ਸ਼ਹਿਰ ਦੇ ਵਿੱਚ ਇਹਦੀ ਨਾਰ ਬਦਲੋ, ਕੋਈ ਫੈਕਟਰੀ ਖੋਲ੍ਹੋ, ਬੱਚੇ ਆਪੋ ਆਪਣੇ ਕੰਮ ਹੀ ਲੱਗਣ, ਅਤੇ ਕੋਈ ਕਿਸੇ ਦਾ ਬੱਚਾ ਬਰਬਾਦ ਨਾ ਹੋਵੇ। ਅਤੇ ਸਾਨੂੰ ਇਹੋ ਖੁਸ਼ੀ ਆ ਵੀ ਤੁਸੀਂ ਮੁੱਖ ਮੰਤਰੀ ਬਣੇ, ਬਹੁਤ ਸਾਨੂੰ ਖੁਸ਼ੀ ਆ ਇਹ ਵੀ ਸਾਡੀ ਸ਼ਹਿਰ ਡੇਰਾ ਬਾਬਾ ਨਾਨਕੇ ਆਣ ਕੇ ਇੱਕ ਵਾਰ ਚੱਕਰ ਮਾਰੋ। ਸਾਡੇ ਬਾਜ਼ਾਰ ਦਾ ਵੀ ਬਹੁਤ ਮਾੜਾ ਹਾਲ ਆ, ਸਾਡਾ ਬਾਜ਼ਾਰ ਵੀ ਬਣਨਾ ਚਾਹੀਦਾ। ਵੇਖੋ ਉੱਥੇ ਬਜ਼ੁਰਗ ਸਾਡੇ ਵਰਗੇ ਤੁਰ ਨਹੀਂ ਸਕਦੇ ਜਿਹੜੇ ਡਿੱਗਣ ਨੂੰ ਫਿਰਦੇ ਆ, ਕਿਉਂਕਿ ਸਾਨੂੰ ਜ਼ਰੂਰੀ ਆ ਕਿ ਸਾਡਾ ਬਾਜ਼ਾਰ ਵੀ ਜਿਹੜਾ ਡੇਰਾ ਬਾਬਾ ਨਾਨਕ ਦਾ ਸੁੰਦਰ ਬਣਾਇਆ ਜਾਏ, ਕਿਉਂਕਿ ਸਾਡਾ ਸ਼ਹਿਰ ਬਹੁਤ ਸੁੰਦਰ ਡੇਰਾ ਬਾਬਾ ਨਾਨਕ ਦੇ ਨਾਂ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਜਦੋਂ ਇਹ ਥੀਏਟਰ ਬਣਿਆ ਸੀ ਬਹੁਤ ਖੁਸ਼ੀ ਹੋਈ ਸੀ, ਅਤੇ ਹੁਣ ਇਹ ਥੀਏਟਰ ਦੀ ਸਰਕਾਰ ਬਦਲਣ ਦੇ ਨਾਲ ਇਹ ਠੇਕੇਦਾਰ ਨੇ ਇੱਕ ਆਉਂਦਾ ਸੀ ਸਾਲ ਦਾ ਰਿਚਾਰਜ ਕਰਾਇਆ, ਜਿੱਦਣ ਉਦਘਾਟਨ ਕਰਨ ਆਇਆ ਸੀ ਇਹ ਫਰਵਰੀ ਦਾ ਬੰਦ ਪਿਆ ਜੀ। ਜਿੱਦਣ ਇਲੈਕਸ਼ਨ ਤੋਂ ਬਾਅਦ ਇਹਦਾ ਹੁਣ ਅਸੀਂ ਇਹਦਾ ਪਤਾ ਕੀਤਾ, ਉਹ ਆਉਂਦੇ ਕਿ ਇਹਦਾ ਜੇ ਪੈਸੇ ਹੀ ਨਹੀਂ ਪਾਏ। ਸਾਡੀ ਤਾਂ ਮੰਗ ਇਹ ਆ ਕਿ ਉਹ ਠੇਕੇਦਾਰ ਕੋਲੋਂ ਇਹਦਾ ਹਿਸਾਬ ਕਿਤਾਬ ਲਿਆ ਜਾਵੇ, ਤਾਂ ਤਾਂ ਹੀ ਚੱਲਣਾ ਵਾ। ਇੰਨਾ ਹੀ ਕੁਝ ਬੜਾ ਸਾਨੂੰ ਕਹਿਣਾ ਜੀ। ਇਸ ਵੇਲੇ ਆਪਾਂ ਖੜੇ ਹਾਂ ਜੀ ਡੇਰਾ ਬਾਬਾ ਨਾਨਕ ਦੇ ਨਗਰ ਕੌਂਸਲ ਦਫ਼ਤਰ ਜੀ, ਜਿੱਥੇ ਕਿ EO ਸਾਹਿਬ ਨਾਲ ਵੀ ਅੱਜ ਰਾਬਤਾ ਕਾਇਮ ਕੀਤਾ ਵਾ, ਮਿੰਨੀ ਥੀਏਟਰ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਵੀ ਫਿਲਹਾਲ ਸਰਕਾਰ ਵੱਲੋਂ ਤਾਂ ਕੋਈ ਨੁਮਾਇੰਦਾ ਜਿਹੜਾ ਵੀ ਬੰਦਾ ਰੱਖਣ ਦੀ ਹਾਲੇ ਕੋਈ ਇਜਾਜ਼ਤ ਨਹੀਂ ਆ, ਪਰ ਆਪਾਂ ਆਪਣੇ ਵੱਲੋਂ ਵੀ ਕੋਈ ਨਾ ਕੋਈ ਮੁਲਾਜ਼ਮ ਜਿਹੜਾ ਵਾ ਉੱਥੇ ਭੇਜ ਕੇ ਮਿੰਨੀ ਥੀਏਟਰ ਦੇ ਵਿੱਚ ਉਹਦੀ ਸਾਫ਼ ਸਫਾਈ ਅਤੇ ਦੇਖਭਾਲ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਕੈਮਰਾਮੈਨ ਜਤਿੰਦਰ ਕੁਮਾਰ ਸੋਨੂੰ ਦੇ ਨਾਲ ਮੋਰੇਰ ਭੱਟੀ ਦੀ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਰਿਪੋਰਟ।